पहली गल पहले तो पहला बंदा पहलिया पहले के बंदा सानू घेर के लेके आया कहना तुसी साडे होटल दे विच ही रहना कहना किते नहीं जाना है ना। पापा का भरा आउंदा मूहरे एक्ट वाले ही अभी ठीक करके देता हूँ। अभी ठीक करके देखिए किसी ने मित्रों हाँ डायलॉग है किसी फिल्म का अभी ठीक करके देता हूँ दसो। लाइ मित्रों आप पहुँच चुके हैं गए सुबह सुबह ही पंप के उत्ते तो स्वागत है थोड़ा अपने नवे ब्लॉग के तेल आ जड़ा लगभग दो डंडे रह गए। मैं सोचा भी पहाड़ों से पंप मिलना औखा गा तो क्यों ना इतों रस्ते के पवाया जाए तो करके अपने एक बार थोड़ा टैंकी फुल करावे तो अगे जावे तो इधर वीर पा रहा पेट्रोल बाद पाने आप गाह चले तो टैंकी फुल क्या तो देखते हैं किन्ने का पै जूगा तो लग ही लगे गाह नहीं लग पागा तो ब्लॉग जो घेंट लगद मित्रों शेयर कर दिया करो दब के तो टैंकी अपनी हो चुकी हैगी फुल पुसद हम की कुछ बने इन करके पेमेंट दे हूँ आप चले क्यूआर कोड जा कर देगी पेमेंट कृपया क्यूआर कोड करिए स्कैन हूँ कर ली नोट भी कर लो चेक मित्रों 900 का तेल पा लिया आप 900 का चल रहा पहाड़ों के खड़ता खुड़का बनाई जाते मुझे मराजो गड्डी है पता नहीं कि महिंद्रा की पतंत्र ने इन्हों का साइड दिखी है मैं रेता पा 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 सर्द करती है नवा कोट थी अपना जा जाता वो भी ठीक है कि गड्डी से फुल लड़ाई फिर चंद्रा नोवा क्रिस्टा से फुल लड़ाई फिर है वो जो साथी हो गई भैन है उत्थे जा रही है बरात जिसे भंगड़ा पी जी रात फाइनली जोड़ा मोड़ आ कुल्लू मनाली वाला अभी मुड़ चुके हैं तो उधरली साइड आए हैं वो पहाड़ जो उतर के सारे आ पहाड़ की बैक साइड आ गया मित्र मणिकरण साहब से इतों वो राफ्टिंग करी जाते हैं ना वो यार तो पानी राफ्टिंग है वो तो कर लाँगे करते जो है कि करता जा कमाए चलाऊ पर मित्रों मनाली वाला पै चुके तो बड़ा पुल बनाया हुआ पूरा घैंट टर्न मार लिया सुबह की सर्च सर तो अभी चाह पी है जी उस अलावा सही लगता जी सर ब्लॉग भी घेंट घेंट बनाया बने हुए बस जो कुल्लू मित्र एक है 8 किलोमीटर मनाली है 48 किलोमीटर तो भाजी है वा नरगर मित्रों असी पंजाबी पराठा नाँ के उत्ते एक ढाबा गा इतने पहुँच चुके हैं ब्रेकफास्ट लंच डिनर करना गा। चलो मित्रों चलते अंदर आप हूँ ला भी मित्रों परौंठे आ जोड़े छकल है तो मनदीप परौंठे किमें लगे परौंठे
ਪੰਜਾਬੀ ਢਾਬਾ ਹੈਗਾ ਇਹ ਨਹੀਂ ਪੁੱਛਿਆ ਕਿੱਥੋਂ ਦੇ ਨੇ ਹੈ ਬੰਦੇ ਪੰਜਾਬੀ ਹੈ ਹੁਣ ਹਾਂ ਬੰਦੇ ਨਹੀਂ ਪੁੱਛਿਆ ਜੀ ਕਿੱਥੋਂ ਦੇ ਆ ਬਾਕੀ ਸਰਵਿਸ ਬਹੁਤ ਵਧੀਆ ਸੀ ਨਹੀਂ ਪਰੌਂਠਾ ਦੀ ਛੇਤੀ ਛੇਤੀ ਆਉਂਦਾ ਨਹੀਂ ਹੁੰਦਾ ਸੀ ਅਤੇ ਆਪਾਂ ਜੇ ਖਾਣ ਲੱਗ ਜਾਈਏ ਅਤੇ ਪਰੌਂਠੇ ਦੀ ਸਰਵਿਸ ਪੂਰੀ ਘੈਂਟ ਸੀ ਹੈ ਨਾ ਉਹਦੀ ਨਾਲ ਦੀ ਨਾਲ ਪਰੌਂਠਾ ਹਾਜ਼ਰ ਜੁਗਨੂੰ ਹਾਜ਼ਰ ਜੀ ਹੈ ਹੈ ਨਾ ਅਤੇ ਹੁਣ ਚਾਹ ਹੈਗੀ ਜਿਹੜੀ ਉਹ ਅਸੀਂ ਰਸਤੇ ਦੇ ਵਿੱਚ ਪੀਵਾਂਗੇ ਦੋ ਸ਼ਬਦ ਕਹਿਣੇ ਆ ਅਤੇ ਬੈਗ ਸੀ ਪੇ ਵੀ ਇਹਨੇ ਲਿਆ ਬਹੁਤ ਹੀ ਜ਼ਿਆਦਾ ਘੈਂਟ ਬੈਗ ਦਿਖਾ ਦੇ ਕਿਨਾ ਆਹ ਬੈਗ ਲੈ ਲਿਆ ਮੈਂ ਬਾਜ਼ਾਰ ਵਿੱਚ ਕੀਮਤ ਕਮ ਸੇ ਕਮ 500 ਰੁਪਏ ਆਪਾਂ ਨੂੰ ਬਹੁਤ ਸਸਤਾ ਪੈ ਗਿਆ ਆਪਾਂ ਨੂੰ ਸਸਤਾ ਸੀ ਕਿਉਂਕਿ ਬਾਰਗੇਨਿੰਗ ਕਰਨ ਦੇ ਵਿੱਚ ਸੀ ਭਾਗ ਚ ਪਾਇਆ ਅਤੇ ਹੁਣ ਮਿਲਦੇ ਹਾਂ ਅੱਗੇ ਮਿੱਤਰੋ ਅਤੇ ਕੁਛ ਕਹਿਣਾ ਚਾਹੋਗੇ ਮਨਦੀਪ ਮਸਤ ਪਲੈਨ ਤਾਂ ਕਹਿੰਦੇ ਫਿਰ ਅੱਗੇ ਰੀਤ ਤਾਂ ਕਿ ਮਸਤ ਪਲੈਨ ਤਾਂ ਕਹਿੰਦੇ ਮਸਤ ਪਲੈਨ ਤਾਂ ਕਹਿੰਦੇ ਮਸਤ ਪਲੈਨ ਤਾਂ ਕਹਿੰਦੇ ਮਸਤ ਪਲੈਨ ਮਸਤ ਪਲੈਨ ਚੱਲ ਚੈੱਕ ਕਿੱਡ ਫਿਰ ਚਲੇ ਗਏ ਅਭੀ ਠੀਕ ਕਰਕੇ ਦੇਤਾ ਹੂੰ ਅਭੀ ਠੀਕ ਕਰਕੇ ਦੇ ਦੇਖਿਆ ਕਿਸੇ ਨੇ ਮਿੱਤਰੋ ਆਹ ਡਾਇਲੋਗ ਆ ਕਿਸੇ ਫਿਲਮ ਦਾ ਅਭੀ ਠੀਕ ਕਰਕੇ ਦੇਤਾ ਹੁਣ ਦੱਸੋ ਕਿਰਾਂ ਜੇ ਕਿਸੇ ਵੀਰ ਨੇ ਸੁਣਿਆ ਹੈ ਨਾ ਰੋੜੀ ਕੁੱਟ 3000 ਸਾਰੇ ਹੀ ਖੋਲ ਲੈਂਦੇ ਆ ਰੋੜੀ ਕੁੱਟ ਜਾ ਸਾਰੇ ਹੀ ਖੋਲ ਲੈਂਦੇ ਆ 3000 ਕਹਿੰਦੇ ਅਭੀ ਠੀਕ ਕਰਕੇ ਦੇਤਾ ਉਹਨਾਂ ਨਾ ਭੈਣ ਅਭੀ ਠੀਕ ਕਰਕੇ ਕੰਮ ਠੀਕ ਕਰਕੇ ਦੇ ਗਿਆ ਕਹਿੰਦਾ ਜੀ ਪਾਪਾ ਦਾ ਭਰਾ ਆਉਂਦਾ ਮੂਹਰੇ ਐਕਟ ਵਾਲਾ ਹੀ ਮੈਂ ਵੀ ਮਿੱਤਰੋ ਚਾਲੇ ਪਾ ਤੇ ਅਤੇ ਹੁਣ ਮਿਲਾਂਗੇ ਮਨਾਲੀ ਤੇ ਕਿਲੋਮੀਟਰ 35 ਹੈ ਇੱਥੋਂ ਕਰ ਦੋ ਦੱਬ ਕੇ ਸ਼ੇਅਰ ਕਿਨਾ ਬਲੌਗ ਨੂੰ ਮਿੱਤਰੋ ਉਹ ਪੈਰਾਗਲਾਈਡਿੰਗ ਕਰ ਰਹੇ ਆ ਦੇਖ ਸਕਦੇ ਤੁਹਾਨੂੰ ਜਿਹੜੇ ਹੋਣਗੇ ਨਿੱਕੇ ਨਿੱਕੇ ਜੇ ਆਹ ਘੁੰਮ ਗਿਆ ਓਏ ਇਹ ਹੁੰਦੀਆਂ ਮਿੱਤਰੋ ਪੈਰਾਗਲਾਈਡਿੰਗ ਹੈ ਨਾ ਜਿਸ ਨੂੰ ਕੈਮਰੇ ਵਿੱਚ ਜਿਹਦੇ ਹੋਏ ਤਾਂ ਜ਼ਰੂਰ ਦੱਸੋ ਹੈ ਨਾ ਕਮੈਂਟ ਕਰਕੇ ਬੰਦਾ ਆਪਾਂ ਵੀ ਲੈ ਕੇ ਦੇਖਣਾ ਮਿੱਤਰੋ ਇੱਕ ਨੇ ਤਾਂ ਆਹ ਲਾ ਲਿਆ ਥੱਲੇ ਹੈ ਨਾ ਓਏ ਫੇਰ ਚੱਕਤਾ 3000 ਨੇ ਤਾਂ ਸਾਨੂੰ ਓਏ ਉਹ ਕਿੱਧਰ ਜਾ ਰਿਹਾ ਉਹ ਕਿੱਧਰ ਜਾ ਰਿਹਾ ਪਹਾੜ ਤੇ ਜਾਂਦਾ ਦੂਜੇ ਤੇ ਹਾਂ ਦੋ ਇੱਧਰ ਉੱਡੇ ਫਿਰਦੇ ਆ ਇਹ ਪੰਗਾ ਦਾ ਬਾਬਾ ਲੈ ਕੇ ਦੇਖਣਾ ਪੈਰਾਗਲਾਈਡਿੰਗ ਵਾਲਾ ਤਾਂ ਇਹ ਲੈ ਕੇ ਦੇਖਾਂ ਇਹ ਪੰਗਾ ਉਹ ਘੁੰਮ ਗਿਆ ਉਹਦੇ ਥੱਲੀ ਲਾ ਲਿਆ ਟਾਈਮ ਨਾਲ ਹੀ ਇਕੱਲਾ ਬੰਦਾ ਹੀ ਆ ਯਾਰ ਮਨਾਲੀ ਪਹੁੰਚ ਚੁੱਕੇ ਹਾਂ ਅਤੇ ਜਿਹੜੇ ਬਰਫ਼ ਨਾਲ ਲੱਗੇ ਹੋਏ ਪਹਾੜ ਗੁੰਦੇ ਫਿਰ ਰਹੇ ਹੋਣਗੇ ਪਿੱਛੇ ਹੈ ਨਾ ਉਹ ਦੇਖੋ ਬਰਫ਼ੀ ਬਰਫ਼ ਕਰੀ ਪਈ ਆ ਪਿੱਛੇ ਬੜਾ ਪਹਾੜ ਦੇਖੋ ਕੱਤੀ ਬਰਫ਼ ਦੇਖ ਕੇ ਮਨਾਲੀ ਰਹਿ ਗਿਆ ਮਿੱਤਰੋ ਇੱਥੋਂ 18 ਕਿਲੋਮੀਟਰ ਦੂਰ ਮਨਾਲੀ ਪਹੁੰਚ ਚੁੱਕੇ ਹਾਂ ਅਤੇ ਆਹ ਬਾਈ ਹੋਟਲ ਸਾਨੂੰ ਦਿਖਾ ਰਿਹਾ ਇੱਥੇ ਹੋਟਲ ਲਿਆ ਕੇ ਪਤੰਦਰ ਨੇ ਮੂਰੀ ਦਾ ਸਾ ਚਲੋ ਕੋਈ ਚੱਕਰ ਨਹੀਂ ਆਨੰਦ ਮੰਗਲ ਇਹ ਮੈਨੂੰ ਲੱਗਦਾ ਜਮੀ ਵਿੱਚ ਲੈ ਕੇ ਜਾਈ ਯਾਰ ਦੇਖ ਕੇ ਆ ਸੀ ਕਿ ਕਿਵੇਂ ਲੈ ਵੀ ਮਿੱਤਰੋ ਫਾਈਨਲੀ ਆਪਾਂ ਹੋਟਲ ਜਿਹੜਾ ਮਨਾਲੀ ਦੇ ਵਿੱਚ ਲੈ ਲਿਆ
ਤੇ ਮਨਦੀਪ ਯਾਰ ਮਨਦੀਪ ਕਿਵੇਂ ਆ ਬਹੁਤ ਘੈਂਟ ਯਾਰ ਹੋਟਲ ਬਹੁਤ ਹੋਟਲ ਕਿਵੇਂ ਲੱਗਿਆ ਹੋਟਲ ਬਹੁਤ ਵਧੀਆ ਮਿਲਿਆ ਸਾਨੂੰ ਪਹਿਲੀਆਂ ਦੇ ਮਿਲ ਗਿਆ ਹੋਟਲ ਪਹਿਲਾਂ ਬੰਦਾ ਪਹਿਲੀਆਂ ਦੇ ਵਿੱਚ ਬੰਦਾ ਸਾਨੂੰ ਘੇਰ ਕੇ ਲੈ ਕੇ ਆਇਆ ਕਹਿੰਦਾ ਤੁਸੀਂ ਸਾਡੇ ਹੋਟਲ ਦੇ ਵਿੱਚ ਹੀ ਰਹਿਣਾ ਕਹਿੰਦਾ ਕਿਤੇ ਨਹੀਂ ਜਾਣਾ ਹਨਾ 1000 ਰੁਪਏ ਦਾ ਰੂਮ ਹੈ ਬਹੁਤ ਵਧੀਆ ਰੂਮ ਹੈ 1000 ਰੁਪਏ ਦਾ ਰੂਮ ਆ ਮਿੱਤਰੋ ਰੂਮ ਪੂਰਾ ਚ ਬਗਾਡਾ ਤੁਹਾਨੂੰ ਰੂਮ ਦੇ ਵੀ ਦਰਸ਼ਨ ਕਰਾਵਾਂਗੇ ਤੇ ਪਹਿਲਾਂ ਮਨਦੀਪ ਦੇ ਚਾਰ ਸਾਹਿਬ ਸੁਣਦੀ ਹਾਂ ਮਨਦੀਪ ਆ ਗਿਆ ਰੂਮ ਸੈਚਰਡੇ ਦੇਣਾ ਕਿਉਂਕਿ ਕੱਲ ਨੂੰ ਛੁੱਟੀਆਂ ਚੱਲ ਪੈਣੀਆਂ ਨੇ ਹਨਾ ਫਰਾਈਡੇ ਆ ਕੱਲ ਨੂੰ ਤੇ ਆ ਮਿੱਤਰੋ ਰੂਮ ਆ LCD ਆ ਬਾਕੀ ਆ ਇਹਨਾਂ ਦਾ ਮੈਨਿਊ ਪਿਆ ਤੇ ਆਪਣਾ ਹੈਲਮਟ ਪਿਆ ਇੱਥੇ ਬੈਨ ਵਾਲਾ ਹਨਾ ਤੇ ਕੁੱਲ ਮਿਲਾ ਕੇ 2 ਚੇਅਰ 2 ਜਣਿਆਂ ਵਾਸਤੇ ਇੱਕ ਬੈਸਟ ਰੂਮ ਆ ਪੂਰਾ ਭਰਾ ਨਾਲ ਦੇ ਰਹੇ ਆ ਤੇ ਨਾਲ ਰੂਮ ਸਰਵਿਸ ਪੂਰੀ ਘੰਟਾ ਤੇ 1000 ਰੁਪਏ ਦੇ ਅੰਡਰ ਦੇ ਵਿੱਚ ਸਾਨੂੰ ਇਹ ਪੂਰਾ ਦਾ ਪੂਰਾ ਮਿੱਤਰੋ ਰੂਮ ਪਿਆ ਇੱਕ ਵਾਰ ਤੁਹਾਨੂੰ ਲੁੱਕ ਰੂਮ ਦੀ ਦਿਖਾ ਦਿੰਦੇ ਹਾਂ ਦੇਖ ਸਕਦੇ ਹੋ ਤੁਸੀਂ ਤੇ ਆਹ ਗੱਲਬਾਤ ਆ ਜੀ ਚਾਰਜਿੰਗ ਪੋਰਟ ਵਗੈਰਾ ਸਾਰਾ ਕੁਛ ਓਕੇ ਹੈਗਾ